ना ला आ गलत हुई यार पिछले हफ्ते आ होर सुन ला आ कंजर दा राम लीला विच रावण बणिया फिरदा सी इहदे च कीड़ी गल है मैं भी सीता बणिया सी ओए लाला दाड़ी मुछा वाली सीधा कदों दी बण ला पई ले कुंड कट लो किनू पता लगदा कड़ते के पीछे क्या है अच्छा अच्छा मम्मी कमा ये किड़े रिवाज दी सीधा बण गई मास्टर ਤੇ ਸੀਤਾ ਕੋਟ ਗੱਡੀ ਫੜਦੀ ਆ ਲੈ ਭਾਈ ਐਮਰਜੈਂਸੀ ਸੀਤਾ ਬਣੀ ਸੀ ਮੈਂ ਅੱਛਾ ਅੱਛਾ ਉਹ ਕਿੱਦਾਂ ਆਣਾ ਲੈ ਭਾਈ ਉਹਨਾਂ ਦੀ ਸੀਤਾ ਭਾਈ ਮੌਕੇ ਤੇ ਭੱਜ ਗਈ ਜਿਵੇਂ ਰਾਵਣ ਵੀ ਭੱਜ ਗਿਆ ਸੀਗਾ ਹੈ ਤੇ ਭਾਈ ਭੱਜ ਗਈ ਤੇ ਮੈਂ ਕਿਹਾ ਭਾਈ ਉਹ ਕਹਿੰਦੇ ਭਾਈ ਸੀਤਾ ਬਣ ਜੂ ਹੋਰ ਤਾਂ ਬੰਦਾ ਕੋਈ ਹੈ ਨਹੀਂ ਮੈਂ ਕਿਹਾ ਮੈਂ ਸੀਤਾ ਤੇ ਬਣ ਜੂੰਗਾ ਪਰ ਮੇਰੀ ਦੁਕਾਨ ਦੀ ਮਸ਼ਹੂਰੀ ਕਰੋ ਇਹ ਲਾਲਾ ਨਹੀਂ ਹਟਦਾ ਭਾਈ ਦੁਕਾਨਦਾਰ ਜਿੱਥੇ ਚਾਰ ਪੈਸੇ ਬਣਦੇ ਆ ਉੱਥੇ ਲਾਲਾ ਜਾਫਰ ਉਹ ਪੈਸੇ ਦੀ ਗੱਲ ਤੂੰ ਛੱਡ ਭਰਾਵਾ ਮੇਰੀ ਤਾਂ ਪਿੱਠ ਨਹੀਂ ਹਟਦੀ ਦੁਖਣ ਤੋਂ ਦਿਨ ਦਾ ਸ਼ਾਮ ਹੈ ਤੇਰੀ ਪਿੱਠ ਨੂੰ ਕੀ ਹੋ ਗਿਆ ਰਾਵਣ ਬਣੇ ਫਿਰਦੇ ਨੇ ਉਹ ਸੀਦਾ ਹਰਨ ਦਾ ਸੀਨ ਸੀਗਾ ਉਹ ਮੈਂ ਤੈਨੂੰ ਪਤਾ 60-65 ਕਿਲੋ ਤੇ ਆ 200 ਕਿਲੋ ਵਾਲੀ ਸੀਦਾ ਜਗਾਤੀ ਮੇਰੇ ਕੋਲ ਦਿਨ ਦਾ ਸ਼ਾਮ ਹੈ अपना है शुरू तो होंगी आई अपने पिंड लगे नौजवान मुंडे बहुत बहुत काम है जी देखो रामलीला भी अपनी बंदे भी अपने पटाके भी अपने रावण जिहड़ा बनिया सी विच पटाके भी तेरी दुकान तो ही गए हां फिर दसी दा ना भी पटाके भी अपने ताई ना चलने नहीं दंदा जावे दे दिया ए उन पुराना स्टॉक भी कटना हुंदा है नाले मैं तो उथे माइकल भी खड़ा सी मुंह नाल भी चलाई दा ठा 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 ओने मुंह वाले नाल न्याने डरी जांदे अच्छा ओ मास्टर ते होर नवी गल सुनी हां जी अब पिछले हफ्ते अपने फत्तू के ना बुढ़ा नहीं मरिया हाँ जी एक कंजर वाले काटते रे पटाके बेच रहा है और सब का भला हो ये भाई वो फिर इड्डी बड़ी उम्र दा हो गया शुरू पटाके दा चलाने ही हुए लताया और तेरे वेले भी पक्का रखांगे हां बोल ले और कंजरा गल सुन ला ਤੇਰੇ ਵਰਗੇ ਕਈ ਤੋੜ ਕੇ ਮੈਂ ਤੋੜਨਾ ਨੂੰ ਦੱਸਾਂ ਮੈਂ ਇਹਨੂੰ ਵੱਡਾ ਕਰਕੇ ਜਾਉਂ ਪਹਿਲਾਂ ਨਹੀਂ ਉਹਨਾਂ ਨੇ ਬੁੜੇ ਨੂੰ ਵੱਡਾ ਕਰਕੇ ਤੋੜਿਆ ਇਹ ਵੀ ਇੱਕ ਰਸਮ ਆ ਉਹਨੂੰ ਗੁਵਾਰੇ ਵਗੈਰਾ ਲਾਏ ਬਹੁਤ ਵਧੀਆ ਚਾਹ ਕੀਤਾ ਵਧੀਆ ਵੀ ਲੱਗਦਾ ਜਦੋਂ ਬੰਦਾ ਆ 90 ਸਾਲ 100 ਸਾਲ ਦੀ ਉਮਰ ਜਿਹੜੀ ਪੂਰੀ ਕਰਕੇ ਹਰ ਇੱਕ ਦਾ ਰਿਆਨ ਆ ਦੋ ਧਿਆਂ ਪੋਤੇ ਤੇ ਪਰ ਇਹ ਆ ਵੀ ਲਾਲੇ ਇੱਕ ਇਹ ਜਿੱਦਾਂ ਦਾ ਉਹਨਾਂ ਨੇ ਸ਼ਾਨੋ ਸ਼ੌਕਤ ਦਿਖਾਈ ਆ ਇੱਕ ਇਹ ਵੀ ਆ ਵੀ ਇਹਦੀ ਦੁਕਾਨਦਾਰੀ ਹਰੀ ਆ ਪਰ ਇੱਕ ਗੱਲ ਦੱਸ ਵੀ ਤੂੰ ਤਾਂ ਉਧਰ ਸੀਤਾ ਬਣਿਆ ਰਿਹਾ 7 ਦਿਨ ਤੂੰ ਬਿਜ਼ੀ ਰਿਹਾ ਦੁਕਾਨ ਫੇਰ ਕਿੱਦਾਂ ਚੱਲੀ ਤੂੰ ਤਾਂ ਇੱਕ ਦਿਨ ਨਹੀਂ ਛੱਡਦਾ ਦੁਕਾਨ ਦਾ ਤੁਹਾਨੂੰ ਪਤਾ ਹੀ ਫਿਰ ਮੈਂ ਪਿਛਲੀ ਵਾਰ ਦੱਸਿਆ ਦਾ ਸੀ ਆਪਣਾ ਫੈਮਿਲੀ ਵੱਡੀ ਭਾਬੀ ਕਰਦੀ ਰਹੀ ਦੁਕਾਨ ਤੇ ਪੈਂਦੀ ਹੈ ਅੱਛਾ ਅੱਛਾ ਪੱਪੂ ਦੀ ਮੰਮੀ ਅੱਛਾ 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 ਨਹੀਂ ਠੀਕ ਆ ਉਹਦਾ ਇਹ ਗੱਲ ਹੈ ਮਾਸਟਰ ਪਿੰਡ 'ਚ ਕੋਈ ਮਰੇ ਕੋਈ ਜੰਮੇ ਇਹਦੇ ਲੱਡੂ ਪੱਕੇ ਆ ਤੇ ਚਾਹੇ ਭਾਵੇਂ ਕੋਈ ਕਾਂਗਰਸ ਸਰਕਾਰ ਦਾ ਲੀਡਰ ਨਾ ਬਣ ਜਾਏ ਇਹਦੇ ਲੱਡੂ ਫੇਰ ਪੱਕੇ ਆ ਲੱਡੂ ਪਟਾਕੇ ਸਭ ਕੁਝ ਪੱਕੇ ਆ ਜਨ ਦਾ ਸਮਾਂ ਪਰ ਕੱਲ ਸਮਾਜ ਦਾ ਪਟਾਕੇ ਦਾ ਆਪਣਾ ਨਵਾਂ ਮੁੰਡਾ ਚੰਨੀ ਨੇ ਕੀ ਬਿਠਾ ਲਿਆ ਉਹਨੂੰ ਕੀ ਨਾਮ ਦਾ ਰਾਜਾ ਬੜੈਂਗ ਰਾਜਾ ਬੜੈਂਗ ਪਟਾਕੇ ਦੱਸ ਲਈ ਉਹ ਭਾਰਿਆ ਇਹ ਵੈਸੇ ਦੇਖਣਾ ਹੀ ਗੱਲ ਹੈ ਜਦੋਂ ਦਾ ਆ ਆਵਾਜਾਈ ਮੰਤਰੀ ਟਰਾਂਸਪੋਰਟ ਮਿਨਿਸਟਰ ਬਣਾਇਆ ਮਿਨਿਸਟਰ ਪਹਿਲਾਂ ਵੈਸੇ ਤਾਂ ਇਹ ਵੀ ਤਾਇਆ 4.5 ਸਾਲ ਤੋਂ ਪਹਿਲਾਂ ਰਹੀ ਆ ਰਜੀਆ ਸੁਲਤਾਨਾ ਪਰ ਕਿਸੇ ਨੇ ਕੋਈ ਐਡਾ ਵੱਡਾ ਨੋਟਿਸ ਨਹੀਂ ਲਿਆ ਹੁਣ ਤੁਸੀਂ ਦੇਖੋ ਵੀ ਇੱਕ ਨੰਬਰ ਦੇ ਉੱਤੇ ਇੱਕ ਬੰਦਾ 3 ਬੱਸਾਂ ਚਲਾਈ ਜਾਂਦਾ ਅੱਛਾ ਠੀਕ ਆ ਉਹਦੇ ਵਿੱਚ ਕਈ ਜਿਹੜੇ ਵੱਡੇ ਚਿਹਰੇ ਵੀ ਆਏ ਆ ਸਾਹਮਣੇ ਜਿਹਦੇ ਵਿੱਚ ਕਿ ਜਿਹੜੇ ਵੱਡੇ ਘਰਾਣੇ ਦੇ ਬੱਸਾਂ ਇੱਕ ਲਾਇਸੈਂਸ ਦੇ ਉੱਤੇ 3-3 ਬੱਸਾਂ ਉਸ ਰੂਟ ਤੇ ਚਲਾਈ ਜਾਂਦੇ ਸੀ ਉਸੇ ਰੂਟ ਦੇ ਉੱਤੇ ਤੁਸੀਂ ਦੇਖੋ ਵੀ ਕਿੱਡਾ ਜ਼ਿਆਦਾ ਕਹਿੰਦੇ ਤਾਂ ਹੈ ਵੀ ਅਸੀਂ ਪੰਜਾਬ ਨੂੰ ਬਚਾਉਣ ਦੇ ਲਈ ਲੱਗੇ ਆ ਅਸਲ ਵਿੱਚ ਜਿੰਨੀਆਂ ਇਹ ਵੱਡੇ ਬੱਸਾਂ ਚਲਾਉਣ ਵਾਲੇ ਆ ਲੋਕ ਇਹ ਸਾਰੇ ਪੰਜਾਬ ਨੂੰ ਲੁੱਟਣ ਤੇ ਲੱਗੇ ਹੋਏ ਆ ਆ ਰਾਜਾ ਬੜੈਂਗ ਨੇ ਜਿੱਦਾਂ ਦੀ ਕਾਰਵਾਈ ਕੀਤੀ ਆ ਹੁਣ ਤੁਸੀਂ ਦੇਖੋ ਵੀ ਬੱਸ ਅੱਡਿਆਂ ਦੇ ਉੱਤੇ ਕਿੱਦਾਂ ਸਫਾਈ ਲੱਗੀ ਆ ਹੁਣ ਆਹ ਪਰਸੋਂ ਜਾਂ ਦੇਖੋ ਜਲੰਧਰ ਮੈਂ ਗਿਆ
ਸਫਾਈ ਕਰਮਚਾਰੀ ਜਿੰਨੇ ਨਗਰ ਨਿਗਮ ਵਾਲੇ ਆ ਸਾਰੇ ਉੱਥੇ ਲਾਏ ਸਫਾਈ ਕਰਨ ਨੂੰ। ਪਹਿਲਾਂ ਤੁਸੀਂ ਕਿੱਥੇ ਗਏ ਸੀ? 4.5 ਸਾਲ ਇਹਨਾਂ ਦੀ ਸਰਕਾਰ ਰਹੀ ਆ, ਉਦੋਂ ਸਾਰਾ ਕੁਝ ਹੀ ਹੁੰਦਾ ਸੀ, ਉਦੋਂ ਕਿਉਂ ਨਹੀਂ ਫੜਿਆ ਇਹਨਾਂ ਨੇ? ਪਰ ਭਈ ਹੁਣ ਫਿਰ ਵੋਟਾਂ ਆ ਗਈਆਂ ਨਾ, ਔਰ 4.5 ਸਾਲਾਂ ਬਾਅਦ ਇਹਨਾਂ ਨੇ ਪਹਿਲਾਂ ਆਪਣੀ ਸਫਾਈ ਕੀਤੀ, ਤਾਂ ਮੁੜ ਕੇ 6 ਮਹੀਨਿਆਂ ਬਾਅਦ ਹੁਣ ਇੱਥੇ ਕਰਨ ਲੱਗੇ। 6 ਮਹੀਨੇ ਬਾਅਦ ਮੁੜਕੇ ਫਿਰ ਸਾਡੀ ਸਫਾਈ ਕਰਨਗੇ? ਹਾਂ, ਤਾਂ ਇੱਕ ਹੋ ਰਿਹਾ ਜਿੱਦਾਂ ਨਾ ਬੱਸ ਅੱਡੇ ਚੋਂ ਜਦੋਂ ਬੱਸਾਂ ਨਿਕਲਦੀਆਂ, ਇਹ ਇੱਕ ਅੱਡਾ ਫੀਸ ਲੈਂਦੇ ਆ। ਜਿਹੜੀ ਵੱਡੀ ਬੱਸ ਆ ਉਹਦਾ ਹੈਗਾ ਆ 30 ਰੁਪਈਏ, ਯਾਨੀ ਸਿਰਫ ਨਿਕਲਣ ਦਾ। ਤੇ ਜਿਹੜੀ ਛੋਟੀ ਬੱਸ ਆ ਉਹਦਾ ਹੈਗਾ 15 ਰੁਪਏ। ਤੁਸੀਂ ਇੱਥੋਂ ਅੰਦਾਜ਼ਾ ਲਾਓ ਵੀ ਇਹਨਾਂ ਨੇ ਜਦੋਂ ਦਾ ਰਾਜਾ ਬੜੈਂਗਾ ਆ, ਇਹ ਆਪ ਦੱਸਦਾ ਆ ਵੀ 40 ਲੱਖ ਦੇ ਕਰੀਬ ਰੋਜ਼ ਦਾ ਜ਼ਿਆਦਾ ਮੁਨਾਫਾ ਹੋਣ ਲੱਗ ਗਿਆ। 40 ਲੱਖ? ਹਾਂਜੀ, ਇਹ ਦੱਸਦਾ ਆ। ਤੇ ਇੰਨਾ ਜ਼ਿਆਦਾ ਫਰਕ ਪੈ ਗਿਆ, ਤੁਸੀਂ ਆਪ ਦੇਖੋ ਵੀ ਕਿੰਨੀ ਜ਼ਿਆਦਾ ਲੁੱਟ ਜਿਹੜੀ ਆ ਹੋ ਰਹੀ ਆ। ਫਿਰ PRTC ਅਤੇ ਪੰਜਾਬ ਰੋਡਵੇਜ਼ ਦੀਆਂ ਬੱਸਾਂ ਦੀ ਆਮਦਨ ਵਿੱਚ ਬਹੁਤ ਜ਼ਿਆਦਾ ਵਾਧਾ ਹੋਇਆ। ਜਿਹੜੇ ਮੁਲਾਜ਼ਮ ਆ ਉਹ ਵੱਖਰੇ ਖੁਸ਼ ਆ ਵੀ ਸਾਨੂੰ ਚਲੋ ਕੁਛ ਤਾਂ ਬਣ ਰਿਹਾ ਹਨਾ। ਯਾਰ ਮੈਨੂੰ ਇਹ ਮੈਨੂੰ ਨਹੀਂ ਖੁਸ਼ੀ ਹੈ ਵੀ 40 ਲੱਖ ਮੁਨਾਫਾ ਹੋਇਆ। ਮੈਨੂੰ ਤਾਂ ਹੁਣ ਇਹ ਦੁੱਖ ਲੱਗ ਰਿਹਾ, ਅੱਜ ਥੋੜ੍ਹੇ ਜਿਹੇ ਹਫ਼ਤਿਆਂ ਦੇ ਵਿੱਚ ਇਹਨਾਂ ਨੂੰ 40 ਲੱਖ ਦਾ ਮੁਨਾਫਾ ਹੋ ਗਿਆ, ਤੇ ਬਾਕੀ ਤਾਂ ਲੋਕ ਕਿੰਨੀਆਂ ਖਾ ਗਏ ਇੰਨੇ ਚਿਰ 'ਚ? ਇੰਨੇ ਚਿਰ 'ਚ ਬਸ ਇਹੀ ਤਾਂ ਕਿੰਨੇ ਕਰੋੜਾਂ ਦਾ ਖਾ ਗਏ? 4.5 ਸਾਲ 40 ਲੱਖ ਦਾ ਘਾਟਾ ਹੀ ਹੁੰਦਾ ਰਿਹਾ ਜਿੰਨਾ ਸਮਾਂ। ਨਾਲੇ ਮਾਸਟਰ ਨੂੰ ਇੱਕ ਗੱਲ ਦੱਸ, ਉਹ ਤਾਂ ਪੜ੍ਹਿਆ ਲਿਖਿਆ ਬੰਦਾ, ਚਲੋ ਮੈਂ ਤਾਂ ਫਿਰ ਵੀ ਦੇਖੋ ਘੱਟ ਟਾਈਮ ਲੱਗਦਾ, ਖੇਤੀਬਾੜੀ ਦੇ ਕੰਮਾਂ 'ਚ ਮੈਂ ਬਿਜ਼ੀ ਰਹਿੰਦਾ। ਇਹ ਜਿਹੜੇ ਹੁਣ ਆਪਣੇ ਪੰਜਾਬ ਦੀ ਸਰਕਾਰ ਵਿੱਚ ਸਿਰਫ 2 ਹੀ ਮਿਨਿਸਟਰ ਆ, ਇੱਕ ਚੰਨੀ ਪਰ ਤੁਸੀਂ ਇਹ ਗੱਲ ਹੋਰ ਵੀ ਦੇਖ ਲਿਓ, ਜੇ ਕਾਂਗਰਸ ਦੀ ਸਰਕਾਰ ਆ ਵੀ ਗਈ, ਚਾਹੇ ਵਿਰੋਧੀ ਤਹਿਰ ਚਾਹੇ ਅੰਦਰਲੇ, ਇਹਨਾਂ ਨੇ ਰਾਜਾ ਬੜੈਂਗ ਨੂੰ ਟਰਾਂਸਪੋਰਟ ਮਿਨਿਸਟਰ ਨਹੀਂ ਬਣ ਦੇਣਾ, ਚੰਨੀ ਨੂੰ ਜਿਹੜਾ ਆ ਮੁੱਖ ਮੰਤਰੀ ਬਣ ਨਹੀਂ ਦੇਣਾ, ਯਾਨੀ ਪੂਰੀ ਬਾਹਰ ਹੋਣੀ ਆ। ਖਾਣਗੇ ਕਿੱਥੋਂ? ਅਸਲ ਦੇ ਵਿੱਚ ਕੀ ਆ, ਅੰਦਰ ਉਹ ਸਾਰੇ ਰਲੇ ਮਿਲੇ ਆ। ਪਰ ਮੈਨੂੰ ਤਾਂ ਇੱਕ ਡਰ ਲੱਗਦਾ, ਵਿੱਚੇ ਚੰਨੀ ਅਤੇ ਵਿੱਚੇ ਬੜੈਂਗ, ਕਿਤੇ ਇੱਦਾਂ ਨਾ ਨਾ ਹੋਵੇ ਮਾਸਟਰਾ ਆਹਾ ਹੁਣ ਮੈਂ 4 ਪੂਸੀ 'ਚ ਕਰੀ ਜਾਣੇ, ਮੈਂ ਝੂਠੇ ਗਏ ਜਾਣ, 40 ਬਣੀ ਜਾਂਦੇ ਪ੍ਰੋਫਿਟ, ਲੱਖ ਬਣ ਗਿਆ, ਅਸੀਂ ਕਿਹੜਾ ਦੇਖਿਆ, ਐਵੇਂ ਗੱਪਾਂ ਗੁੱਪਾਂ ਮਾਰ ਕੇ ਵੋਟਾਂ ਲੈ ਜਾਣਗੇ, ਵੋਟਾਂ ਲੈਣ ਤੋਂ ਬਾਅਦ ਮੁੜ ਕੇ ਫਿਰ ਉਹ ਹੀ ਪਤੀਲਾ, ਉਹ ਹੀ ਕੜਛੀ, ਸਾਰਾ ਕੁਝ ਖਾਲੀ। ਬਸ ਪਾਣੀ ਚ ਮਧਾਣੀ ਇਸ ਹਿਸਾਬ ਨਾਲ, ਤਾਂ ਫਿਰ ਜੇ ਦੁਬਾਰਾ ਉਹੀ ਬੰਦੇ ਆ ਜਾਣਗੇ, ਇਸ ਹਿਸਾਬ ਨਾਲ ਬਸ ਪਾਉਣ ਦਾ ਫਾਇਦਾ ਹੀ ਹੋਇਆ ਨਾ। ਲਾਲਾ ਜੋ ਮਰਜ਼ੀ ਹੋਵੇ, ਕੋਈ ਮਿਨਿਸਟਰ ਬਣੇ, ਚਾਹੇ ਸਰਕਾਰ ਅਕਾਲੀਆਂ ਦੀ ਆ ਗਈ, ਚਾਹੇ ਆ ਗਈ ਕਾਂਗਰਸ ਦੀ, ਚਾਹੇ ਕੋਈ ਮਿਲਦੀ ਗੋਦੀ, ਤੇਰੇ ਲੱਡੂ ਤਾਂ ਪੱਕੇ ਯਾਰ। ਉਹ ਤਾਂ ਹੈ ਸ਼ਬ ਮਾਤਾ ਰਾਣੀ ਦੀ ਕਿਰਪਾ। ਇੱਦਾਂ ਕਰ ਯਾਰ, ਆਪਣੀ ਸ਼ੌਪ 'ਚ ਮੇਰਾ ਹੈ ਸਾਈ ਬਾਲਾ, ਖੇਤੀ ਨਾਲ ਕੁਛ ਨਹੀਂ ਪਤਾ, ਦੇਖ ਲਾ ਹੁਣ ਨਹੀਂ ਤਾਇਆ, ਉਹਦੇ ਵਿੱਚ ਵੀ ਰਗੜ ਹੋ ਜਾਣਾ, ਕੁਝ ਵੀ ਰਗੜ ਹੋ ਜਾਣਾ ਤੂੰ। ਕਿੱਦਾਂ ਨਹੀਂ, ਉਹਦੇ ਵਿੱਚ ਇਹ ਲਾਲੇ ਨੇ ਤੈਨੂੰ ਕਿਤੇ ਪੂਰਾ ਹਿਸਾਬ ਦੇਣਾ, ਇਹ ਤਾਂ ਆਪਣੇ ਪੈਸੇ ਪਹਿਲਾਂ ਕੱਢ ਲੈਣੇ। ਲਾਲੇ ਦਾ ਆਪਣੇ ਪੈਸੇ ਨੂੰ ਹਿਸਾਬ ਨਹੀਂ ਦੇ, ਮੈਨੂੰ ਵੀ ਨਾ ਦੇ। ਮਗਰ 5-5 ਕਿਲੋ ਕਹੀ ਜਾਂਦੇ ਆ, ਵੀ ਝੋਨਾ ਘੱਟ ਜ਼ਿਆਦਾ ਤੋਲੋ, ਵੀ ਇਹਦੇ ਵਿੱਚ ਪਾਣੀ ਬਹੁਤ, ਗਿੱਲਾ ਕਹਿੰਦੇ ਬਹੁਤ, ਗਿੱਲਾ ਬਹੁਤ ਆ। ਹੁਣ ਮੀਂਹ ਪੈ ਗਿਆ ਦੱਸ ਅਸੀਂ ਕੀ ਕਰੀਏ? ਹਾਂ ਤੇ ਤਾਇਆ ਉੱਪਰ ਮੌਸਮ ਜਿਹੜਾ ਇੱਕ ਹਫ਼ਤੇ ਤੋਂ ਇੰਨਾ ਜ਼ਿਆਦਾ ਖਰਾਬ ਜਿਹੜਾ ਚੱਲ ਰਿਹਾ, ਇੱਕ ਦਾ ਹਫ਼ਤੇ ਤੋਂ ਜਿੱਦਾਂ ਬੱਦਲਬਾਈ ਹੋ ਰਹੀ ਆ, ਡਰ ਪੂਰਾ ਪਿਆ। ਕਿਸਾਨਾਂ ਨੇ ਜਾਣਾ ਨਾਲੇ ਦਾ ਝੋਨਾ ਜਾਂ ਕਣਕ ਸੈੱਟ ਦੇਣੀ, ਆਉਂਦੇ ਹੋਇਆਂ ਨੇ ਉਸੇ ਟਰੈਕਟਰ ਦੇ ਉੱਤੇ ਖਾਦਾਂ ਚੱਕ ਲਿਆਉਣਾ, ਸਮਾਨ ਉੱਤੋਂ ਆੜਤੀ ਤੋਂ ਲੈ ਕੇ ਆ ਜਾਣਾ। ਇਸ ਵਾਰ ਯੂਰੀਏ ਦੀ ਤੇ DAP ਦੀ ਇੰਨੀ ਕਿੱਲਤ ਆ, ਹੁਣ ਤਾਇਆ ਤੂੰ ਦੇਖ ਵੀ ਸ਼ਹਿਰਾਂ 'ਚ ਮੰਡੀ ਜਾਣਾ, ਖਰਚਾ ਤਾਂ ਡੀਜ਼ਲ ਦਾ ਆਉਂਦਾ, ਕਿੱਥੇ ਰੇਟ ਗਏ ਹੋਊਗਾ? ਰੇਟ ਯਾਰ ਕਿੱਥੇ ਗਏ ਆ, ਉਹ ਪਿਛਲੀ ਵਾਰੀ ਆਪਾਂ ਜੇ ਤਾਂ ਕਰੀਏ ਗੱਲਾਂ ਕਰਦੇ ਸੀ, ਪੈਸੇ ਘਟਾਏ ਸੀ ਉਦੋਂ ਤੋਂ ਬਾਅਦ, ਫੇਰ ਤਾਂ ਚੱਕ ਦਿੱਤੇ, ਹੁਣ ਕੰਜਰਾਂ ਨੇ ਫੇਰ ਚੱਕ ਦਿੱਤੇ। ਦੱਸ ਉਹ ਮਾੜਾ ਬੰਦਾ ਕਿਸਾਨ ਜਾਊ ਕਿੱਥੇ? ਦੱਸ ਜਾਊ ਕਿੱਥੇ? ਅੱਗੇ ਪਹਿਲਾਂ ਹੀ ਖਾਦ ਨਾਲ ਹੀ ਲੈ ਕੇ ਆ ਜਾਣੀ, ਹੁਣ ਉੱਥੇ ਪਿੱਛੇ ਸਟਾਕ ਹੀ ਹੈ ਨੀਗਾ, ਕਹਿੰਦੇ ਆ ਵੀ ਹੁਣ ਫੇਰ ਇੱਕ ਵਾਰੀ ਗੇੜਾ ਫੇਰ ਮਾਰਨਾ ਪੈਣਾ। ਉਹ ਗੇੜਾ ਕੀ ਮਾਰਨਾ ਨਾ, ਪ੍ਰਾਈਸਾਂ ਵਧਾਉਣੀਆਂ ਉਹਦੀਆਂ, ਤੇ ਕਹਿਣਾ ਹੈ ਨੀਗਾ, ਫਿਰ ਲੋਕਾਂ ਨੇ ਕਹਿਣਾ ਚੱਲ ਅੱਗੜ ਪਿੱਛੜ ਕਰਕੇ ਤੂੰ ਸਾਨੂੰ ਦੇ ਦੇ, ਬਸ ਪ੍ਰਾਈਸਾਂ ਚੱਕ ਹੋ ਜਾਣੀਆਂ। ਮੈਂ
वातावरण वास्ते ना कहिंदे बूटे बाटे लाने अंब का बूटा लाया ते उत्थे कहिंदा मैं मीट मच्छी कुछ नहीं खांदा मैं खांदा अंब कहिंदा अपनी सही दा राज दस्सिया शाम दिल देखा है बकरा खावे बाबा सारे देखा भी बकरा कदे खाई जाना वह कहता भी देखो भी मीट मच्छी मैं तुम्हें पहले ही हाँ मैं नहीं कहना मैं खाता अंब क्या बकरा धनिया वह कहता इन्हें मेरा अंब वाला बूटा खा लिया जितों मैं अंब खाने से हूँ मैं ही खा लिया हर कोई बंदा ना अपना दाल आ चाहे वह लाला हो चाहे कोई होर जेड़ा सूत आ लाई जाता जो पॉलिटिशियन सानू लड़ा के है ना ये सब तो फायदा चकी जाते हैं कोई धर्म ना तो सू लड़ाई जाता कोई सू बोली दे लड़ाई जाता और कोई कंजर सू पानी तो लड़ाई जाता सू कंजर कट्ठे नहीं होने देंगे क्यों मिली दाया हर कोई सूत लाने फिर हम सूत की गल तो तेन दसदा आ मोदी भी सूत ला गया अपना कहने हम जी फौज है कहते लुधियाने तक पहुंच गई है तेन दसा मैं फौजा लाई बैठा असल में जिदा लुधियाने तक यह भी इलाका पहला 15 किलोमीटर तक अधिकार खेत्र आता है BSF का बॉर्डर सिक्योरिटी फोर्स जी ये आ दो तरह के तरीके आया ये वैसे तो तुम भी देखिया होना बड़ी बहस चली आ टीवी के उत्ते भी सोशल मीडिया के उत्ते भी कि जी फौज आ लुधियाने तक आ जाऊंगी भी इन्हें की कर लेना ये विरोध में भी गल्ला हुई नो डाउट के विरोध जरूर होना चाहिए एक पासे पंजाब जिहड़ा स्टेट आने अधिकार आनी पॉलिस है ना यही अपने संविधान च कहा भी जी स्टेट आ राज अपने फैसले आप करे सेंटर ना वो दखल अंदाजी करे पर जदों की इंदिरा गांधी ने यह पैरत पाई होगा कि इन्हें जान के अपनी कब्जा रखने के लिए भी स्टेट के जोड़े काम आ उन्होंने बच्च जाके टंग अड़ाई कह लो ये BSF वाला भी काम यही होया हूँ लुधियाने तक आ गई तो एक सीधा तरह नाल जिहड़ा पंजाब का अधिकार आदि उत्ते सीधा ही हमला हमला जी दूजे पासे गुजरात के बच्चे खेत्र घटाया जाता उत्थे पहला 50 सी है ना 80 सी पहले 50 कर दिता उत्थे घटाया जा रहा साडे वाल वधाया जा रहा पर दूजे पासे ये आता भी जिहड़ी समगलिंग हुंदी आ पाकिस्तान वाले पासों चाहे वह नशे की हो चाहे वह हथियार की दो ही समगलिंग होंगी समगलिंग होंगी ड्रोन के राही ड्रोन उधरों चढ़ाते इधरों जोड़े बंदे आ फड़ होंगे जो राणू फड़ हो तो बाद तुहानू पता ही आ पर BSF की प्रॉब्लम की BSF इन्नी तो उत्थे जाके नफरी है नहीं भी वह थां थां ते खड़े आ वो जदों तक उन्होंने पता लगता है 15 किलोमीटर तक उन्होंने अधिकार खेत्र आ वो तो अगे टप जाते उस तो बाद पंजाब पुलिस के हाथ जा जाता और पंजाब पुलिस के भी सू पता ही है कि इतने सारे जो पॉलिटिशियन पुलिस वाले रले मिले आता है लीडर समगलिंग दा मालत नहीं आया जां किदां इह पंजाब पुलिस वाले जिहड़े जे हुण कहीए भी अमरिंदर सिंह ने कहा उहदे हक दे विच कहा भी होना इदां चाहीदा सी पर 4.5 साल इन तक कहा 4 हफ्ते च मैं नशा खत्म कर देना उहनूं तां खत्म होना चाहीदा सी इत्थे तक नौबत ही ना आउंदी पर दूजे पासे केंद्र सरकार है तो आखिर BSF के अधीन नहीं है कल BSF के अंडर ही कोई अपने बंदे भेज देंगे आ किसी भी तरह का कोई आम बंदे परेशान किया जाता वैसे इदा की कभी गल सुनी नहीं बी फौज ने किसी परेशान किया जो पिछले जी अगर आप जो पंजाब के आतंकवाद फैलिया उदो पुलिस वालों ब्लैक कैट कमांडो वालों बड़िया बेहुदा हरकत की गई बहुत हथे लोगों मारे गए जबरदस्तियां की गई पैसे बनाए गए लुट ली सब कुछ कर लिया हम अपने कोरोना आई सी कोरोना ने इन्होंने आर दे विच पता नहीं किन्ने तक गरीबों दी जानां लैनियां किन्नियां तों किन्ने पैसे बना लए इन्होंने बिल्कुल ये साढ़े लोगों नूं मारवा जदों कोई इदां दा मौका देता इन्हों ये नहीं लगता कि असं उन्होंने हैल्प करिए देते हमने फायदा किदा उठा फायदा उठा पेंदे आ हुण तू गल कर तू मेरे नाल गुजरात की गल की भी 80 माल तो 50 से लाया चलो ठीक है 50 उत्थे हो गया पंजाब च भी 50 हो गया हुण पंजाब का खेत्रफल तो गुजरात का खेत्रफल देखो कि 50%
इलाका है वो पीएस से थले आ गया, गुजरात है 10% भी नहीं। नहीं दूजी गल इलाके नालों भी आबादी साडी ज्यादा है, साडे उत्थे गुजरात दी नहीं आबादी नहीं, ओ तां मारूथल पे आ जांदा राजस्थान दा ही एरिया है, आबादी भी हो गई। हां जी पर तुसीं इलाके दा खेत्रफल देखो ना किन्ना, साडा तां पंजाब इस मारथले आ गया। बिल्कुल बिल्कुल, जानी स्टेट ने देखो ये पंगे तां लैणे ही आ, ओने तां तुहाडे ते अधिकार करना ही आ, पर इहदे लई स्टेट नूं भी होना चाहीदा सचेत, जदों जिहदे लई तां इह चाहीदा वी सारे इक सुर दे विच कहिंदे वी इह तुसीं गलत कीता। हुण जदों अद्धे बंदे इह कह रहे आ, हुण कैप्टन अमरिंदर सिंह इह कह रहे आ ਬਈ ਜਿਹੜਾ ਤੁਸੀਂ ਇਹ ਸਹੀ ਕੀਤਾ ਕਦਮ ਇਹ ਹੋਣਾ ਚਾਹੀਦਾ, ਇਹ ਮੰਗ ਕਰਦੇ ਰਹੇ ਆ ਪਹਿਲਾਂ ਤੋਂ। ਕਿਉਂ ਕੈਪਟਨ ਇੱਦਾਂ ਨਾ, ਹੁਣ ਉਹ ਸਿੱਧੂ ਤੇ ਦੂਜੇ ਦੇ ਖਿਲਾਫ ਹਨ ਚੰਨੇ, ਹੁਣ ਤਾਂ ਜੋ ਉਹਨਾਂ ਨੇ ਕਹਿਦਾ ਉਹ ਆਪੋਜ਼ਿਟ ਕਹਿਣਾ, ਬਸ ਜੇ ਉਹ ਕਹਿ ਦਿੰਦੇ ਮੋਦੀ ਠੀਕ ਆ ਤੇ ਕਹਿੰਦੇ ਮੋਦੀ ਗਲਤ ਵਾ। ਬਿਲਕੁਲ ਇਹਦਾ ਆਪੋਜ਼ਿਸ਼ਨ ਪਰ ਹੁਣ ਦੂਜੇ ਪਾਸੇ ਵੱਡੇ ਬਾਦਲ ਨੇ ਕਿਹਾ, ਉਹਦੇ ਵਿੱਚ ਉਹਨੇ ਗੱਲ ਕਹੀ ਹੈ ਐਸ ਵਾਈ ਐਲ ਦੀ, ਉਹ ਇਦਾਂ ਆ ਵੱਡੇ ਬਾਦਲ ਦਾ ਤਾਂ ਹੁਣ ਉਹ ਹੋ ਗਈ ਚੀਜ਼ ਬਈ ਹੁਣ ਵਿਸ਼ਵਾਸ ਨਹੀਂ ਕਰਦਾ। ਹਾਂਜੀ ਤੇ ਉਹ ਗੱਲ ਜਿਹੜੀ ਕੀਤੀ ਵੀ ਉਹਨੇ ਉਹਦੇ ਉੱਤੇ ਲੋਕਾਂ ਨੇ ਵਿਸ਼ਵਾਸ ਨਹੀਂ ਕਰਨਾ, ਉਹ ਵੈਸੇ ਤਾਂ ਬੋਲਿਆ ਵੀ ਇਹ ਵਿਰੋਧ ਵਿਰੋਧ ਹੋਣਾ ਚਾਹੀਦਾ ਆ, ਪਰ ਜਿੱਦਾਂ ਦੀਆਂ ਉਹਨੇ ਗੱਲਾਂ ਕੀਤੀਆਂ ਵੀ ਅਨੰਦਪੁਰ ਸਾਹਿਬ ਦਾ ਮਤਾ ਇਹੀ ਬੰਦਾ ਹੀ ਬਾਦਲ ਸਾਹਿਬ ਵੀ ਧਰਮ ਯੁੱਧ ਮੋਰਚੇ ਦੇ ਵਿੱਚ ਇਹਨੇ ਸੰਵਿਧਾਨ ਪਾੜਿਆ ਵੀ ਮੈਂ ਨਹੀਂ ਇਹਨੂੰ ਮੰਨਦਾ, ਉਸੇ ਸੰਵਿਧਾਨ ਦੀ ਫਿਰ ਸਹੁੰ ਖਾਧੀ, ਤਿੰਨ ਵਾਰੀ ਜਿਹੜਾ ਮਨਿਸਟਰ ਦੁਆ ਬਣਿਆ ਮੁੱਖ ਮੰਤਰੀ ਉਸੇ ਸੰਵਿਧਾਨ ਦੀ ਸਹੁੰ ਖਾ ਗਏ, ਇਸ ਕਰਕੇ ਉਹਦੇ ਉੱਤੇ ਹੁਣ ਲੋਕਾਂ ਦਾ ਯਕੀਨ ਨਹੀਂ ਨਾ ਬਣਿਆ। ਵਿਸ਼ਵਾਸ ਤੇ ਨਾ ਕੰਜਰਾ ਦੇ ਕਿਸੇ ਦੇ ਵੀ ਹੈ ਨਹੀਂ ਦੱਸਾਂ ਮੈਂ ਮਾਸਟਰਾ, ਇਹ ਜਿਹੜਾ ਵੀ ਆਉਂਦਾ ਆਪਣੀ ਝੋਲੀ ਭਰ ਆਉਂਦਾ, ਝੋਲੀਆਂ ਭਰਦੇ ਆ ਕਿਸੇ ਗਰੀਬ 'ਤੇ ਇਹਨਾਂ ਨੂੰ ਦਇਆ ਨਹੀਂ। ਆਹ ਹੁਣ ਦੇਖ ਲਾ ਤੂੰ, ਗਰੀਬ ਗਰੀਬ ਹੋਈ ਜਾਂਦੇ ਨੇ, ਦਿਨੋਂ ਅਮੀਰ ਅਮੀਰ ਹੋਈ ਜਾਂਦੇ ਆ, ਕਿੱਥੇ ਕਿਸੇ ਗਰੀਬ ਦਾ ਜੀਣਾ ਸੀ। ਬਾਕੀ ਅਮਲੀਆਂ ਤਾਂ ਮੈਂ ਗੱਲ ਦੱਸਾਂ ਹੋਰ, ਕਿਤੇ ਮੈਨੂੰ ਬਹੁਤ ਤਰਸ ਆ। ਹਾਂ ਗੱਲ ਇੱਦਾਂ, ਹੁਣ ਬੀ ਐਸ ਐਫ ਆਉਣਾ ਤੇ ਪੰਜਾਬ ਜਾ ਗਈ ਆ, ਤਾਂ ਤੇਰੇ ਡੋਡੀਆਂ ਦੀ ਮੁਸ਼ਕਿਲ ਹੋ ਜਾਣੀ ਸਭ ਤੋਂ। ਹੱਥ ਪੈਰ ਤਾਂ ਸੁਣ ਕੇ ਦੁਖਣ ਲੱਗ ਪਏ ਮੇਰੇ ਤੇ ਨਸ਼ਾ। ਠੀਕ ਗੱਲ ਦੱਸ, ਵੀ ਆ ਜਿਹੜੀ ਬੀ ਐਚ ਐਫ ਵਾਲੇ ਹੁੰਦੇ ਆ, ਇਹ ਦੋ ਦੋ ਨੰਬਰ ਵਾਲਾ ਮਾਲ ਵੀ ਫੜਦੇ ਬਿੱਲ ਬੁੱਲ ਨਾ ਹੋਵੇ। ਮੈਨੂੰ ਇੰਨਾ ਪਤਾ ਲੱਗਿਆ ਵੀ ਜੇ ਉਹ ਬੰਦਾ ਨਾ 5-10 ਟਨ ਲੱਡੂ ਇੱਕੋ ਟਾਈਮ ਵੇਚਦਾ, ਟੈਕਸ ਜ਼ਰੂਰ ਲੱਗੂਗਾ। ਲੱਡੂ ਟੈਕਸ ਮੈਂ ਵੀ ਲਵਾਉਣਾ ਦਿੰਦਾ ਸਾ, ਮੈਂ ਨਹੀਂ ਹੋਣਾ ਤਾਂ ਚਾਹੀਦਾ ਆ। ਜਿਹੜੇ ਲੱਡੂ ਲੱਡੂਆਂ ਦੇ ਨਾਂ ਦੇ ਉੱਤੇ ਤਾਇਆ ਪੰਜਾਬ ਦੇ ਵਿੱਚ ਯੂਨੀਵਰਸਿਟੀਆਂ ਵੀ ਬਣ ਗਈਆਂ, ਜਿਹੜੇ ਲੱਡੂ ਵੇਚਦੇ ਹੁੰਦੇ ਸੀ ਅੱਜ ਯੂਨੀਵਰਸਿਟੀਆਂ ਦੇ ਮਾਲਕ ਆ ਉੱਥੇ, ਇਸ ਕਰਕੇ ਇਹ ਲਾਲਾ ਵੀ ਇਸ ਕਰਕੇ ਟੈਕਸ ਤਾਂ ਲੱਡੂ ਟੈਕਸ ਵੈਸੇ ਜਦ ਗਾਂ ਟੈਕਸ ਲੱਗ ਸਕਦਾ ਤਾਂ ਲੱਡੂ ਟੈਕਸ ਵੀ ਹੋਣਾ ਚਾਹੀਦਾ ਜਿਹੜੇ ਬੰਦੇ ਜ਼ਿਆਦਾ ਮੁਨਾਫਾ ਕਰਦੇ ਆ। ਬਸ ਤੇ ਤਾਇਆ ਸਾਡੇ ਗੱਲ ਸੁਣ, ਕਿੰਨੇ ਦਿਨ ਤੈਨੂੰ ਹੋ ਗਿਆ ਇੱਥੇ ਸਾਡੀ ਮਹਿਫਲ 'ਚ ਆਉਂਦੇ ਨੇ, ਉਹ ਕੰਜਰਾ ਦੋ ਚਾਰ ਲੱਡੂ ਕਿਤੇ ਲਿਆ ਦੇ ਅਸੀਂ ਵੀ ਖਾ ਕੇ ਦੇ ਲਈਏ, ਪਤਾ ਨਹੀਂ ਤੇਰੇ ਸਵਾਦ ਵੀ ਆ ਕਿ ਨਹੀਂ ਸਵਾਦ ਵਾ, ਖਾ ਦੇ ਕੁਝ। ਮੈਂ ਛੱਤੀ ਦਾ ਛੱਡ ਲਿਆਉਣ ਲੱਗਾ ਸੀਗਾ, ਮੁੱਕ ਗਏ। ਤਾਇਆ ਕਹਿੰਦੇ ਐਵੇਂ ਨਹੀਂ ਖਾਂਦੇ ਹੋਣੇ ਲੱਡੂ ਬਣੇ ਹੋ ਜਾਂਦੇ। ਮੈਂ ਤੈਨੂੰ ਦੱਸਦਾ ਅਮਲੀਆ, ਆਹ ਥੋੜ੍ਹੀ ਚਿਰ ਦੀ ਗੱਲ ਵਾ, ਜੋ ਕਮਾਦ ਪੀੜਦੇ ਸੀ ਨਾ ਇਹ ਸਾਰਾ ਟੱਬਰ ਲਾ ਕੇ ਬਹਿ ਗਿਆ ਮੋਹਰੇ ਫੇਲਣੇ ਦੇ, ਸੁਚੱਜਾ ਕਹਿ ਲਓ ਵੀ ਜਿਹੜੇ ਇਹਨੇ ਕਾਰੀਗਰ ਵੀ ਲਾਏ ਆ ਉਹ ਵੀ ਕਿਤੇ ਕਈਆਂ ਆਦਤ ਹੁੰਦੀ ਆ ਨਾ ਵੀ ਹਲਵਾਈ ਦੇਖਦੇ ਆ ਟੇਸਟ ਕਰਨ ਲੱਗੇ, ਉਹਦੀ ਵੀ ਤਨਖਾਹ 'ਚ ਉਹ ਮੈਨੂੰ ਦੱਸਦਾ ਸੀ ਕੱਲ ਰਾਮੂ ਵੀ ਸਾਡੀ ਤਨਖਾਹ 'ਚੋਂ ਕੱਟ ਲੈਂਦਾ ਵੀ ਇੰਨੀ ਵਾਰ ਕਹਿੰਦਾ ਤੂੰ ਉਂਗਲੀ ਲਾਈ ਸੀ ਲੱਡੂ ਦੇਖਦੇ ਦੇਖਦੇ। ਰਾਮੂ ਨੇ ਆ ਮੇਰੀ ਕਈ ਵਾਰ ਕੱਟ ਹੋਈ ਆ ਦਿੰਦਾ ਸਾਰਾ, ਆ ਘੜੀ ਨੂੰ ਮੈਂ ਹੀ ਜਾਣਾ ਇਹਦੇ ਨਾਲ ਜਿਹੜਾ ਆਰਡਰ ਆ ਮੈਂ ਅਮਲੀਆ ਤੇਰਾ ਜਾਣ ਦਾ ਮਤਲਬ ਤਾਂ ਹੋਰ ਵਾ, ਤੇਰਾ ਸੁਭਾਅ ਵੀ ਇਹ ਨਾ ਪੋਲੀਟੀਸ਼ੀਅਨ ਚਾਹੇ ਕਾਂਗਰਸੀ ਚਾਹੇ ਅਕਾਲੀ ਉਹਨਾਂ ਦਾ ਰਲਦਾ ਮਿਲਦਾ, ਇਹ ਉਹਨਾਂ ਤੋਂ ਵਾਧੂ ਆ ਉਹ ਦੋ ਦਿਨ ਲੈ ਰਹੇ ਨੇ ਹਮੇਸ਼ਾ ਉੱਥੇ ਬੈਠਾ ਇਹ ਉੱਤੇ ਬੈਠਾ ਨਹੀਂ ਨਹੀਂ ਭਾਈ ਮੈਨੂੰ ਤਾਂ ਪਿੰਡ ਵਾਲਿਆਂ ਦਾ ਬੜਾ ਫਿਕਰ ਹੈ, ਸ਼ੋਅ ਲੱਗੇ ਮਹਾਰਾਜ ਦੀ ਮੈਂ ਨਹੀਂ ਮੈਂ ਤੁਹਾਨੂੰ ਗੱਲ ਸੁਣਾਉਂ, ਪਿੰਡ ਜਿਹੜੇ ਸੀ ਨਾ ਉਹ ਕਾਂਗਰਸੀਆਂ ਵਿੱਚ ਅਕਾਲੀਆਂ ਵਿੱਚ ਆਮ ਪਾਰਟੀਆਂ 'ਚ ਵੰਡੇ ਗਏ, ਹਾਂਜੀ ਸਚੇਤ ਨਹੀਂ ਹੁੰਦੇ।
ਤੁਸੀਂ ਦੇਖ ਲਓ ਆ ਜਿਹੜੀਆਂ ਆਪਣੀਆਂ ਪਿਛਲੇ ਸਾਲਾਂ ਦੀਆਂ ਲੜਾਈਆਂ ਕੱਢ ਲਓ, ਕਈ ਵਾਰੀ ਹੱਸਦਾ ਤੁਸੀਂ ਵੀ ਜਾਂਦੇ ਰਹੇ ਆ ਸਰਪੰਚ ਸਾਹਿਬ ਦੇ ਨਾਲ ਜਾਂਦੇ ਰਹੇ, ਜਿੰਨੀਆਂ ਲੜਾਈਆਂ ਹੋਈਆਂ ਕਾਂਗਰਸੀਆਂ ਅਕਾਲੀਆਂ ਕਰਕੇ ਹੋਈਆਂ, ਬਿਲਕੁਲ ਠੀਕ ਹੈ। ਤੇ ਜੇ ਆਹ ਲਾਲੇ ਦੀ ਕਦੀ ਲੜਾਈ ਸੁਣੀ ਤੁਸੀਂ ਅੱਜ ਤੱਕ? ਨਾ ਨਾ, ਇਹ ਤਾਂ ਹਰ ਇੱਕ ਦਾ ਬੰਦਾ, ਕੋਈ ਬੰਦਾ ਇਹਨੂੰ ਵਿਰੋਧ ਜ਼ਰੂਰ ਬੋਲ ਦਊਗਾ। ਹੁਣ ਇੱਕ ਪਾਸੇ ਤੁਸੀਂ ਰਾਸ ਜਿਹੜੀ ਆ ਤੁਸੀਂ ਫ੍ਰੀ ਵਿੱਚ ਚੁਕਾਈ ਜਾਂਦੇ ਆ, ਇਹ ਬੰਦਾ ਕਿਸੇ ਨੂੰ ਲੱਡੂਆਂ ਦਾ ਟੇਸਟ ਨਹੀਂ ਕਰ ਦਿੰਦਾ, ਉਹਦੇ ਹੀ ਪੈਸੇ ਕੱਟਦਾ। ਇਸ ਕਰਕੇ ਦੇਖੋ, ਇਹ ਨਹੀਂ ਕਹਿੰਦਾ ਕਿ ਤੁਹਾਡੇ ਵਿੱਚ ਦਇਆ ਦਿਲੀ ਆ ਜਾਂ ਕਿੱਦਾਂ, ਉਹ ਸਭ ਕੁਛ ਠੀਕ ਆ, ਪਰ ਆਪਣੇ ਘਰ ਨੂੰ ਵੀ ਥੋੜ੍ਹਾ ਜਿਹਾ ਸਾਰਿਆਂ ਨੂੰ ਸੋਚਣਾ ਪੈਣਾ, ਸਿਆਣਾ ਹੋਣਾ ਪੈਣਾ ਇਕੋਨਮੀ ਦੇ ਤੌਰ ਦੇ ਉੱਤੇ। ਤੇ ਜੇ ਲਾਲੇ ਹੁਣੀ ਡਿਵੈਲਪ ਹੁੰਦੇ ਆ, ਸਾਰੇ ਜਣਿਆਂ ਦਾ ਹੋਣਾ ਚਾਹੀਦਾ ਵਿਕਾਸ। ਲਾਲਾ ਹੁਣ ਅਗਲੀ ਵਾਰੀ ਆਇਆ ਨਾ ਤਾਂ ਪੈਸੇ ਲੈਣੇ ਮੈਂ ਤੈਥੋਂ, ਰਸ ਦੇ ਪੈਸਿਆਂ ਨੂੰ ਨੀ ਛੱਡਦਾ। ਗੁੱਸਾ ਨੀ ਕਰਦਾ, ਚਾਹੇ ਜਿੰਨਾ ਮਰਜ਼ੀ ਇਹਨੂੰ ਕਹਿ ਲਈਏ, ਇਹ ਪਿਆਰ ਹੀ ਆ ਇਹਦਾ ਵੀ, ਸੁਣੀ ਵੀ ਜਾਂਦਾ ਆ। ਪਰ ਅੱਜ ਕੱਲ੍ਹ ਇਹਦਾ ਹੋਰ ਇੱਕ ਕੰਮ ਬੜਾ ਹੁਣ ਚੱਲਣ ਲੱਗਾ ਆ, ਟੀਵੀ ਵੀ ਲਿਆ ਕੇ ਰੱਖ ਲਿਆ ਦੁਕਾਨ ਤੇ। ਮਸ਼ਹੂਰੀ ਵਾਲਿਆਂ ਨੇ ਬਤੰਦਰਾਂ ਨੇ ਉਹ ਨਵੀਂ ਐਡ ਬਣਾ ਦਿੱਤੀ ਤੇ ਨਸ਼ਾ ਮੈਂ, ਉਹ ਪਹਿਲੇ ਨੀ ਚੱਲਦਾ ਹੁੰਦਾ ਸੀ ਉਹ ਮੋਗਾ ਮੋਗਾ ਮੋਗਾ, ਉਹੀ ਉਹ ਫਿਰ ਇਹਨੇ ਲੱਗਦਾ ਅੱਜ। ਅੱਛਾ, ਉਹ ਦੋ ਟੀਵੀ ਆਉਂਦਾ ਇੱਕ ਪਾਕਿਸਤਾਨ ਵਾਲਾ, ਮਸ਼ਹੂਰੀ ਦੀ ਗੱਲ ਆਦਾ ਤੁਹਾਨੂੰ, ਦੋ ਟੀਵੀ ਲੈਣ ਆਉਂਦਾ, ਦੋ ਨੀ ਇੱਕੋ ਲੈਣ ਆਉਂਦਾ ਪੈਸੇ ਤਾਂ। ਉਹ ਆਇਆ ਕਹਿੰਦਾ ਉਹ ਟੀਵੀ ਦਿਓ ਵੀ ਅਸੀਂ ਟੀਵੀ ਟੂਵੀ ਦੇਖਣਾ ਵੀ ਹੁਣ ਮੈਚ ਆਹੋ ਵੀ ਮੈਚ ਮੂਚ ਦੇਖਣੇ ਆ। ਉਹ ਦੁਕਾਨਦਾਰ ਕਹਿੰਦਾ ਕਹਿੰਦਾ ਵੀ ਆਫਰ ਚੱਲਦਾ ਹੁਣ ਜੇ ਤੁਸੀਂ ਲੈਣਾ ਤਾਂ। ਉਹ ਕਹਿੰਦਾ ਕਿਹੜਾ ਆਫਰ? ਕਹਿੰਦਾ ਇੱਕ ਟੀਵੀ ਲਾਉਂਗੇ ਤਾਂ ਦੂਜਾ ਤੋੜਨ ਲਈ ਫ੍ਰੀ। ਕਹਿੰਦਾ ਤੋੜਨ ਲਈ? ਉਹ ਕਹਿੰਦਾ ਤੁਸੀਂ ਹਰ ਵਾਰ ਦਾ ਇੰਡੀਆ ਦੇ ਵਰਲਡ ਕੱਪ ਮੈਚ ਹੁੰਦਾ ਹਾਰ ਜਾਂਦੇ ਆ ਤੁਸੀਂ। ਕਹਿੰਦਾ ਵੀ ਟੀਵੀ ਟੁੱਟਣਾ, ਹੋਰ ਤੋੜ ਦੋ ਗਿਆ ਟੁੱਟਣਾ ਤਾਂ ਰਿਕਾਰਡ ਦਾ ਤੋੜਨ ਹੋ ਰਹੇ ਆ। ਵੈਸੇ ਤਾਂ ਇਹ ਦੇਖੋ, ਖਾਸ ਤੌਰ 'ਤੇ ਜਦੋਂ ਭਾਰਤ ਅਤੇ ਪਾਕਿਸਤਾਨ ਦਾ ਮੈਚ ਹੁੰਦਾ, ਪਤਾ ਨਹੀਂ ਕਿਉਂ ਅਸੀਂ ਇੰਨੇ ਜ਼ਿਆਦਾ ਭਾਵੁਕ ਹੋ ਜਾਂਦੇ ਹਾਂ। ਹੁਣ ਜਿੱਦਾਂ ਅਮਲੀ ਨੇ ਗੱਲ ਕੀਤੀ ਵੀ ਟੀਵੀ ਤੋੜ ਦਿੰਦੇ ਹਾਂ, ਪਾਕਿਸਤਾਨੀ ਬਹੁਤ ਇੱਦਾਂ ਦਾ ਕੰਮ ਕਰਦੇ ਆ, ਇੰਨੇ ਜ਼ਿਆਦਾ ਭਾਵੁਕ ਹੋ ਜਾਂਦੇ ਜਿਸ ਟੀਵੀ ਤੋਂ ਮੈਚ ਦੇਖ ਰਹੇ ਹੁੰਦੇ ਵੀ ਟੀਵੀ ਦਾ ਕੀ ਕਸੂਰ ਆ, ਅੱਗੇ ਵੀ ਤੁਸੀਂ ਯੂਜ਼ ਕਰਨਾ, ਉਹਨੂੰ ਤੋੜਦੇ ਆ, ਬਾਹਰ ਲਿਆ ਕੇ ਭੰਨਦੇ ਆ, ਵੀਡੀਓ ਬਣਾਉਂਦੇ ਆ, ਫਿਰ ਉਹਨੂੰ ਭੇਜਦੇ ਆ। ਹਰ ਵਾਰੀ ਉੱਥੇ ਐਡ ਚੱਲਦੀ ਇੱਦਾਂ ਦੀ ਵੀ ਮੌਕਾ, ਇਸ ਵਾਰ ਮੌਕਾ ਵਰਲਡ ਕੱਪ। ਵੈਸੇ ਉਹਦਾ ਮੈਚਾਂ ਦਾ ਉਹਨਾਂ ਦਾ ਬਹੁਤ ਵਧੀਆ ਰਿਕਾਰਡ ਆ ਭਾਰਤ ਦੇ ਖਿਲਾਫ, ਪਰ ਪਤਾ ਨਹੀਂ ਕੀ ਹੋ ਜਾਂਦਾ ਵਰਲਡ ਕੱਪ ਜਾਂ ਪ੍ਰੈਸ਼ਰ ਕਹਿ ਦਿਓ ਵੀ ਉਹ ਬੰਦੇ ਜਿਹੜੇ ਅੱਜ ਤੱਕ ਜਿੱਤ ਨਹੀਂ ਪਾਏ। ਪਰ ਇਹਦਾ ਖਾਮਿਆਜ਼ਾ ਦੇਖੋ, ਹੁਣ ਸਾਨੀਆ ਮਿਰਜ਼ਾ ਆਪਣੇ ਆਪਣੇ ਦੇਸ਼ ਦੀ ਕੁੜੀ ਆ, ਵਿਆਹ ਹੋ ਗਈ ਆ ਪਾਕਿਸਤਾਨੀ ਦੇ ਨਾਲ, ਸ਼ੇਬ ਮਲਿਕ ਦੇ ਨਾਲ। ਉਹਨੇ ਪਰਸੋਂ ਜਿਹਾ ਕਿਹਾ ਵੀ ਮੈਂ ਅਲਵਿਦਾ ਕਹਿ ਰਹੀ ਹਾਂ ਸੋਸ਼ਲ ਮੀਡੀਆ ਨੂੰ ਥੋੜ੍ਹੇ ਦਿਨਾਂ ਲਈ, ਤਾਂ ਕਹਿ ਰਹੀ ਆ ਵੀ ਮੈਚ ਤਾਂ ਹੁਣ ਭਾਰਤ ਤੇ ਪਾਕਿਸਤਾਨ ਦਾ ਟਾਰਗੇਟ ਇਹਨਾਂ ਨੇ ਕਹੀ ਜਾਣਾ ਉਹਨਾਂ ਦੀ ਨੋਵਾ, ਉਹਨਾਂ ਨੇ ਕਹੀ ਜਾਣਾ ਜੀ ਠੀਕ ਆ ਵੀ ਸ਼ਿਕਾਰ ਸਾਡੇ ਵਰਗੇ ਲੋਕ ਜਿਹੜੇ ਹੋ ਜਾਂਦੇ ਆ। ਬਿਲਕੁਲ ਇਸੇ ਤਰੀਕੇ ਦਾ ਹੁਣ ਖਿਡਾਰੀ ਆ ਉਸ ਵਿੱਚ ਕਿੰਨਾ ਮਿਲਵਰਤਨ ਆ, ਬੜੇ ਵਧੀਆ ਉਹ ਕਹਿੰਦੇ। ਮੈਂ ਗੱਲ ਦੇਖੀ ਮਾਸਟਰ ਤੇਰੀ ਗੱਲ ਚੋਂ ਗੱਲ ਨਿਕਲੀ, ਜਦੋਂ ਵੀ ਗੱਲ ਕਰਦੇ ਨੇ ਕ੍ਰਿਕਟ ਦੇ ਖਿਡਾਰੀ ਇਹ ਇੱਕ ਦੂਜੇ ਨੂੰ ਬਹੁਤ ਰਿਸਪੈਕਟ ਦਿੰਦੇ, ਬਹੁਤ ਜ਼ਿਆਦਾ। ਹਾਂਜੀ, ਬਾਕੀ ਫੁੱਟਬਾਲ ਦੇ ਮੈਚ ਦੇਖ ਲਓ, ਹੋਰ ਚੀਜ਼ਾਂ ਦੇਖ ਲਓ, ਉਹ ਨਹੀਂ। ਪਰ ਕ੍ਰਿਕਟ ਦੇ ਖਿਡਾਰੀ ਜਿੰਨੇ ਵੀ ਪੁਰਾਣੇ ਖਿਡਾਰੀ ਸੀ, ਨਵੇਂ ਖਿਡਾਰੀ ਨੂੰ ਬੜਾ ਮਾਣ ਦਿੰਦੇ ਆ, ਜਾਂ ਪਾਕਿਸਤਾਨ ਦੇ ਖਿਡਾਰੀ ਆ ਉਹ ਆਪਣੇ ਹਿੰਦੁਸਤਾਨ ਦੇ ਖਿਡਾਰੀਆਂ ਨੂੰ ਬੜਾ ਮਾਰ ਦਿੰਦੇ ਆ, ਹਿੰਦੁਸਤਾਨ ਦੇ ਖਿਡਾਰੀ ਪਾਕਿਸਤਾਨ ਨੂੰ ਬੜਾ ਮਾਰ ਦਿੰਦੇ ਆ, ਪਰ ਲੋਕੀ ਆ ਇਹ ਨਹੀਂ ਜੀਣ ਦਿੰਦੇ। ਇਹ ਜਿਹੜਾ ਜਿਹੜਾ ਹਾਰ ਕੇ ਆ ਜਾਂਦਾ ਉਹ ਦਿਨੇ ਏਅਰਪੋਰਟ ਤੇ ਨਹੀਂ ਹੁੰਦਾ, ਇਮਰਾਨ ਖਾਨ ਦੀ ਅਕਰ ਮੈਂ ਇੰਟਰਵਿਊ ਸੁਣ ਲਈ, ਉਹਦੇ ਬਾਅਦ ਜਦੋਂ ਕਹਿੰਦਾ ਸੀ ਇੰਡੀਆ ਨੂੰ ਹਾਰ ਕੇ ਜਾਈਦਾ, ਕਹਿੰਦਾ ਅੱਧੀ ਰਾਤ ਨੂੰ ਜਾਈਦਾ, ਬਿਲਕੁਲ ਨਹੀਂ। ਆਪਣੇ ਜਦੋਂ ਇੱਕ ਵਾਰੀ ਭਾਰਤ ਵੀ ਇੱਦਾਂ ਹਾਰ ਗਿਆ ਸੀਗਾ ਕਿਸੇ ਹੋਰ ਕਿਸੇ ਵਰਲਡ ਕੱਪ 'ਚ ਨਹੀਂ, ਉੱਦਾਂ ਕਿਤੇ ਹਾਰ ਗਿਆ ਸੀ ਪਾਕਿਸਤਾਨ ਤੋਂ, ਉਦੋਂ ਵੀ ਇੱਕ ਤੁਸੀਂ ਦੇਖ ਸਕਦੇ ਆ ਵੀ ਭਗਵੰਤ ਮਾਨ ਦਾ ਇੱਕ ਚੁਟਕਲਾ ਵੀ ਸੀਗਾ, ਉਹ ਕਹਿੰਦਾ ਵੀ ਇਹ ਤਾਂ ਜਿੱਦਾਂ ਵੀ ਉਹਨੇ ਸਚਿਨ ਤੈਂਦੁਲਕਰ ਨੇ ਸੋਚਿਆ ਵੀ ਮੈਂ ਜਿਹੜਾ ਹੁਣ ਜਨਾਨੀ ਵਾਲਾ ਜਿੱਦਾਂ ਇਹ ਸੀਤਾ ਬਣ ਕੇ ਗਿਆ ਸੀ ਵੀ ਜਨਾਨੀ ਵਾਲਾ ਭੇਸ ਤਿਆਰ ਕਰਕੇ ਸਬਜ਼ੀ ਸੁਬਜ਼ੀ ਤਾਂ ਲੈ ਆਈਏ, ਉਹ ਸ਼ੋਪਿੰਗ ਕਰੇ ਕਿਸੇ ਨੇ ਨਹੀਂ ਪਛਾਣਿਆ, ਜਦੋਂ ਸ਼ੋਪਿੰਗ ਕਰਦਾ ਕਰਦਾ ਉਹ ਜਾਣੀ ਆਲੂ ਵਗੈਰਾ ਖਰੀਦਦਾ ਆ, ਉਸੇ ਵੇਲੇ ਕਿਸੇ ਨੇ ਆ ਕੇ ਪਿੱਛੋਂ ਜਨਾਨੀ ਨੇ ਹੱਥ ਇੱਦਾਂ ਮਾਰਿਆ ਵੀ ਗੰਗ ਤੈਂਦੁਲਕਰ ਤੂੰ ਕੀ ਕਰਦਾ, ਉਹ ਕਹਿੰਦਾ ਵੀ ਤੂੰ ਮੈਨੂੰ ਕਿੱਦਾਂ ਪਛਾਣ ਲਿਆ, ਮੈਨੂੰ ਤਾਂ ਕਿਸੇ ਪਛਾਣਿਆ ਨਹੀਂ, ਕਹਿੰਦਾ ਮੈਨੂੰ ਧਿਆਨ ਦੇ ਮੈਂ ਸੌਰਵ ਗਾਂਗੁਲੀ ਹਾਂ।
देखो स्पोर्ट्स जित हार बनी है ये तो सानू नजदीक लिया चाहिए मास्टर पाकिस्तान हिंदुस्तान दुश्मनी बन गई 1947 तो ना हाँ जी एक तो पोलिटिशियन जड़े आ वो यदा फायदा चुकते साढ़े जज्बात खेड़ खेड़ फिर दूसरे पास जो धार्मिक लोग आ वह भी सारे जज्बात खेड़ चाहे वह मसला अफगानिस्तान का होन तू आप देख अफगानिस्तान के हूँ फिर बंब चल गया पिछले हफ्ते हूँ 50 बंदे फिर मार सुटे उन्होंने मारन वाले भी मुसलमान तो मरन वाले भी मुसलमान हूँ तू जा तू कश्मीर देख ला जिहड़ी गल तालिबान वाले करते अफगानिस्तान में वो काम हूँ मास्टर फिर होने लग पे अपने कश्मीर में हूँ अतवादी जेड़े आ नहके लोगों मारन लग पे दस बिल्कुल मित्रता होनी चाहिए मेनू गल मैं बिच ही करदा सीगा वी तुहाडे भतीजे का फोन आया एक दिन मैनू आस्ट्रेलिया जिहड़ा गया पाली दा वह दसदा वह कहिंदा वी इत्थे असीं बड़े वधिया आ पाकिस्तानी बड़े वधिया आ कोई इदां दा कोई नहीं कट्ठे सारे फैसटिवल अहीं करीदे आ भी जदों ये भारत पाकिस्तान का मैच आता असी दोनों टेंशन च आ जाइए असी एक दूजे को बुलाई दा भी बाद फिर उदा दे इदा का होना चाहिए हूँ जो जम्मू कश्मीर वाला मुद्दा भी इदा दा पाकिस्तानी वो कहता ठीक रहने जदों कश्मीर की गल करते हैं वह भावुक हो जाते हैं यदा जी साडा आ कहता साढ़े तो भी कह हो जाता ये साडा आ असी जानी लड़न फिरते हैं उस मुद्दे के उत्ते सरकार ने ना हल कढ़िया तो ना कढ़ना क्योंकि ये पाकिस्तान की रोजी रोटी है अपने गुआंढ दे पिंडे अपनी लाश आई है एक फौजी शहीद होया देखो बई ब्याह दे उत्ते किसानी मोर्चे का झंडा लैके गया ट्रैक्टर दे उत्ते ब्याहण गया सोचिया सी भी इन्नी घट लाइफ आ उह जिहड़ी वाइफ आ ਉਹ ਵਿਚਾਰੀ ਨੂੰ ਸਾਰੀ ਉਮਰ ਦਾ ਕੀ ਦੇਖਿਆ ਇਸ ਕਰਕੇ ਸਾਨੂੰ ਗੱਲਾਂ ਤਾਂ ਸੋਚਣੀਆਂ ਪੈਣੀਆਂ ਤੇ ਪਾਕਿਸਤਾਨ 'ਚ ਵੀ ਇਦਾਂ ਉਹਨਾਂ ਦੇ ਜਦੋਂ ਮਰਦੇ ਆ ਅਸੀਂ ਉਹ ਤਾਂ ਹਾਲ ਦੇਖਦੇ ਹੀ ਨਹੀਂ ਉਹਨਾਂ ਦੇ ਫੋਟੋ ਮਾਰ ਕੇ ਜਾਂਦੇ ਆਪਣੇ ਜਿਹੜੇ ਉਧਰ ਮਰਦੇ ਆ ਹਾਂਜੀ ਉਹ ਵੀ ਇਦਾਂ ਹੀ ਉਹ ਕਿਸੇ ਦੇ ਭਰਾ ਆ ਕਿਸੇ ਦੇ ਘਰ ਵਾਲੇ ਆ ਕਿਸੇ ਦੇ ਬੱਚੇ ਆ ਉਹ ਅਸਲ ਦੇ ਵਿੱਚ ਮਾਸਟਰ ਨੂੰ ਗੱਲ ਦੱਸਾਂ ਸੋਹਾ ਥਰਸਾ ਤੇ ਸਿਰੇ ਦੇ ਗੰਢ ਇਹ ਵੱਡਿਆਂ ਦੀਆਂ ਲੜਾਈਆਂ ਦੇ ਵਿੱਚ ਨਾ ਕਿ ਹਮੇਸ਼ਾ ਗਰੀਬ ਤਬਕਾ ਹੀ ਮਰਦਾ ਬਿਲਕੁਲ ਜਿਹੜੇ ਫੌਜੀ ਉਧਰ ਬਣਦੇ ਆ ਜਾਂ ਫੌਜੀ ਇਧਰੋਂ ਬਣਦੇ ਆ ਉਹ ਵਿਚਾਰੇ ਇੱਕ ਛੋੜੀ ਕਮਜ਼ੋਰ ਜੀ ਫੈਮਿਲੀ ਦੇ ਮੈਂਬਰ ਹੁੰਦੇ ਆ ਹਾਂਜੀ ਉਹ ਨੌਕਰੀ ਦੇ ਲਾਲਚ ਵਿੱਚ ਫੌਜ 'ਚ ਜਾਂਦੇ ਆ ਉਹਨਾਂ ਨੂੰ ਚਮਰਾ ਚਮਰਾ ਕੇ ਤੁਸੀਂ ਦੇਸ਼ ਦੇ ਬਹਾਦਰ ਹੋ ਤੁਸੀਂ ਕੌਮ ਹੋ ਤੁਸੀਂ ਦੇਸ਼ ਨੂੰ ਬਚਾਉਣਾ ਉਹਨਾਂ ਨੂੰ ਮੋਹਰੇ ਕਰਕੇ ਲੜਾ ਕੇ ਮਰਵਾ ਦਿੰਦੇ ਆ ਇਹਨਾਂ ਪੋਲੀਟੀਸ਼ੀਅਨ ਦੇ ਆਪਣੇ ਨਿਆਣੇ ਜਿਹੜੇ ਆ ਦੋਨਾਂ ਪਾਸਿਆਂ ਦੇ ਕੋਈ ਅਮਰੀਕਾ ਪੜ੍ਹਦਾ ਕੋਈ ਇੰਗਲੈਂਡ ਪੜ੍ਹਦਾ ਇਹਨਾਂ ਨਿਆਣੇ ਕਿਉਂ ਨਹੀਂ ਮਰਦੇ ਪਹਿਲਾਂ ਮੈਂ ਕਹਿੰਦਾ ਇਹ ਚਾਹੀਦੀ ਕਿ ਜਿਹੜਾ ਵੀ ਪਾਕਿਸਤਾਨ ਦਾ ਜਾਂ ਹਿੰਦੁਸਤਾਨ ਦਾ ਲੀਡਰ ਬਣਦਾ ਜਾਂ MLA ਬਣਦਾ ਇਹਨਾਂ ਦੀ ਗੱਗਰਾਂ ਹੋਣਾ ਚਾਹੀਦਾ ਕਿ ਇਹਨਾਂ ਦੇ ਨਿਆਣੇ ਜਿਹੜੇ ਆ ਫੌਜ ਭਰਤੀ ਹੋਣ ਪਹਿਲਾਂ ਉਹ ਲੜਨੇ ਚਾਹੀਦੇ ਆ ਦੇਖੀ ਤਾਂ ਫੈਸਲੇ ਨਹੀਂ ਲੜਾਈਆਂ ਹੁੰਦੀਆਂ ਦਾਇਆ ਦੇ ਨਸ਼ਾ ਮੈਂ ਵੇ ਨਹੀਂ ਕਦੇ ਲੜਾਈ ਹੋਊ ਜੇ ਇਹ ਕੰਮ ਹੋ ਗਿਆ ਨਾ ਲੈ ਮਾਸਟਰ ਇੱਕ ਛੋਟੀ ਗੱਲ ਮੈਂ ਵੀ ਪੁੱਛਣੀ ਸੀ ਜਿਹੜਾ ਤੂੰ ਕਹਿੰਦਾ ਵੀ ਆਸਟ੍ਰੇਲੀਆ ਪਾਕਿਸਤਾਨ ਨਾਲ ਬੇਲੀ ਆ ਤੁਹਾਡਾ ਹੈ ਤੇ ਉਹਦੇ ਕੋਲ ਪੁੱਛ ਲਓ ਵੀ ਉਹ ਟੀਵੀ ਵਾਲੀ ਸਕੀਮ ਜੇ ਹੈਗੀ ਵੀ ਪਾਕਿਸਤਾਨ ਤੋਂ ਭੇਜ ਦੂਗਾ ਕਿ ਫੈਵੀ ਟੀਵੀ ਮੈਨੂੰ ਮੈਂ ਨਹੀਂ ਕਹਿੰਦਾ ਉਹ ਦੂਣਾ ਹਰੀ ਲਾਲਾ ਦੇ ਨਾ ਮੈਂ ਕੋਈ ਨਹੀਂ ਇਹ ਗੱਲ ਪਛਾਣਨੇ ਤਾਂ ਕਿੱਦਾਂ ਦੀ ਗੱਲ ਚੱਲਦੀ ਆ ਇਹ ਫਿਰ ਲਾਲਾ ਉੱਥੇ ਹੀ ਆਪਣਾ ਪੈਸਿਆਂ ਮਗਰ ਤੇਰਾ ਬੇੜਾ ਗਰਕ ਬਣਾ ਲਿਆ ਹੈ ਪਰ ਤੂੰ ਸੋਚਿਆ ਗਾ ਕੋਈ ਨਹੀਂ ਹਾਲ ਤੇਰਾ ਲੈ ਹੁਣ ਭਾਈ ਇਹ ਸੋਚ ਸਮਝ ਕੇ ਕਰਦਾ ਪੈਸੇ ਦੀ ਸੋਚੀ ਜਾਂਦਾ ਪੈਸੇ ਦੀ ਸੋਚੀ ਜਾਂਦਾ ਰਹਿੰਦਾ ਇਹ ਹੋਰ ਕੋਈ ਮੁੱਦਾ ਨਹੀਂ ਇਹਦੇ ਦਿਮਾਗ 'ਚ ਜਿਹੜੀ ਮਰਜ਼ੀ ਗੱਲ ਕਰ ਲਓ ਇਹਨੇ ਆਪਣੇ ਪਟਾਕੇ ਲਿਆਉਣੇ ਆ ਆਹ ਲੱਡੂ ਲਿਆਉਣੇ ਮੈਨੂੰ ਤਾਂ ਲੱਗਦਾ ਗੁਰੂ ਜੀ ਹੁਣ ਸਾਰੇ ਮੇਰੇ ਦੀ ਤਵੱਲ ਲਈ ਜਾਊਂਗੇ ਕੋਈ ਹੋਰ ਤੇਰੀ ਕੋਈ ਗੱਲ ਕਹਿਣੀ ਆ ਨਾ ਮੈਂ ਨਹੀਂ ਹੁੰਦਾ ਮੈਂ ਦੱਸੀ ਤੂੰ ਰਾਤ ਨੂੰ ਸੋਨਾ ਹੁੰਨਾ ਉਦੋਂ ਵੀ ਲੱਡੂ ਹੀ ਵੱਟਦਾ ਹੁੰਦਾ ਪੈਸੇ ਬਣਾਉਣਾ ਹੁੰਦਾ ਕਿ ਜੇ ਕੋਈ ਹੋਰ ਵੀ ਸੁਪਨੇ ਆਉਂਦੇ ਤੈਨੂੰ सुपने भी लड्डू फ्री नहीं किसी ਬੱਲੇ 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 ਬੱਲੇ
ਸੁਣਿਆ।